ਜਿਹੜੇ ਲੋਕ ਚਾਹੁੰਦੇ ਨੇ ਉਸ ਸਮੇਂ ਕਿ ਸਾਡੀਆਂ ਰਚਨਾਵਾਂ ਨੂੰ ਵੀ ਸਾਹਿਬ ਸ੍ਰੀ ਗੁਰੂ ਚ ਸ਼ਾਮਿਲ ਕੀਤਾ ਜਾਵੇ, ਜਿਨ੍ਹਾਂ ਵਿੱਚ ਕੰਨਾ ਵੀ ਹੈ, ਪੀਲੂ ਵੀ ਹੈ, ਛੱਜੂ ਵੀ ਹੈ, ਹਸਨ ਵੀ ਹੈ, ਉਹ ਗੁਰੂ ਸਾਹਿਬ ਦੇ ਵਿਰੋਧੀ ਬਣਦੇ ਨੇ। ਪਰਿਵਾਰ ਦੇ ਵਿੱਚ ਗੁਰਤਾ ਗੱਦੀ ਦਾ ਝਗੜਾ ਪਿਰਥੀ ਚੰਦ ਪਰਿਵਾਰਕ ਕਾਰਨ ਬਣ ਜਾਂਦਾ ਹੈ। ਤੀਸਰਾ, ਕਾਨੇ ਦਾ ਚਚੇਰਾ ਭਰਾ ਚੰਦੂ ਰਿਸ਼ਤੇਦਾਰੀ ਤੋਂ ਨਾ ਹੋਣ ਕਰਕੇ ਉਹ ਸਹਿ ਕਾਰਨ ਬਣ ਜਾਂਦਾ ਹੈ। ਪਰ ਅਸੀਂ ਵੇਖਣਾ ਹੈ ਕਿ ਮੂਲ ਕਾਰਨ ਕੀ ਹੈ। ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਮੂਲ ਕਾਰਨ ਦੇ ਉੱਪਰ ਅਧਿਐਨ ਕਰਾਂਗੇ ਤੇ ਬਾਕੀ ਕਾਰਨਾਂ ਨੂੰ ਰੱਦ ਕਰ ਦੇਵਾਂਗੇ। ਇਹ ਮੈਂ ਕਿਹਾ ਸਹਿ ਕਾਰਨ ਨੇ, ਇਹ ਵੀ ਕਾਰਨ ਨੇ, ਪਰ ਇੱਕ ਮੂਲ ਕਾਰਨ ਜਿਹੜਾ ਉਹਨੂੰ ਸਮਝਣ ਦੇ ਵਾਸਤੇ ਦੋ ਫਾਰਸੀ ਦੇ ਸਰੋਤ ਪੜ੍ਹਨੇ ਬੜੇ ਜ਼ਰੂਰੀ ਨੇ। ਇੱਕ ਨੂੰ ਤਾਂ ਹੁਣ, ਕਿਉਂਕਿ ਬਹੁਤ ਸਾਰੇ ਪ੍ਰਚਾਰਕ ਵੀਰ ਕਹਿੰਦੇ ਸੀ ਕਿ ਹੁਣ ਸਾਡੀ ਉਹ ਭਾਸ਼ਾ ਨਾ ਰਹਿਣ ਕਰਕੇ ਪੜ੍ਹਨ ਦੇ ਵਿੱਚ ਸਮੱਸਿਆ ਆਉਂਦੀ ਹੈ, ਤੇ ਮੈਂ ਉਸਦਾ ਪੰਜਾਬੀ ਅਨੁਵਾਦ ਕਰ ਦਿੱਤਾ, ਅਗਲੇ ਸਾਲ ਤੱਕ ਸ਼ਾਇਦ ਉਹ ਪ੍ਰਿੰਟ ਹੋ ਜਾਵੇਗਾ। ਉਹ ਹੈ ਜਹਾਂਗੀਰ ਦੀ ਆਪਣੀ ਲਿਖੀ ਹੋਈ ਨਿੱਜੀ ਡਾਇਰੀ ਤੁਜ਼ਕੇ ਜਹਾਂਗੀਰੀ, ਤੇ ਦੂਸਰਾ ਸਰੋਤ ਹੈ ਸ਼ੇਖ ਅਹਿਮਦ ਸਰਹੰਦੀ ਦੇ ਵੱਲੋਂ ਆਪਣੇ ਮਰੀਦਾਂ ਨੂੰ ਲਿਖੀਆਂ ਹੋਈਆਂ ਚਿੱਠੀਆਂ, ਜਿਨ੍ਹਾਂ ਦਾ ਸਿਰਲੇਖ ਹੈ ਮਕਤੂਬਾਤ ਤੇ ਇਮਾਮ ਰਬਾਨੀ। ਦੋਵੇਂ ਫਾਰਸੀ ਦੇ ਵਿੱਚ ਨੇ। ਪਰ ਜਿੰਨਾ ਚਿਰ ਤੱਕ ਅਸੀਂ ਇਹਨਾਂ ਗੱਲਾਂ ਨੂੰ ਪੜ੍ਹਾਂਗੇ ਨਹੀਂ, ਉਹਨਾਂ ਚਿਰ ਤੱਕ ਇਸ ਸਾਰੇ ਵਰਤਾਰੇ ਨੂੰ ਸਮਝਣਾ ਬਹੁਤ ਔਖਾ ਹੋਵੇਗਾ। ਹੁਣ ਜਹਾਂਗੀਰ ਆਪਣੀ ਤੁਜ਼ਕ ਦੇ ਵਿੱਚ ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੰਦਾ ਹੈ, ਜਿਸ ਦਾ ਸਿਰਲੇਖ ਹੈ ਅਰਜਨ ਗੁਰੂ ਕਾ ਕਤਲ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਲੰਬੇ ਸਮੇਂ ਤੋਂ ਮੈਂ ਸੁਣ ਰਿਹਾ ਸੀ ਕਿ ਜਿਹੜੀ ਦੁਕਾਨੇ ਬਾਤਲ, ਝੂਠ ਦੀ ਦੁਕਾਨ, ਸਿੱਖੀ ਦੇ ਬਾਰੇ ਸ਼ਬਦ ਵਰਤਿਆ ਫਾਰਸੀ ਦੇ, ਦੁਕਾਨੇ ਬਾਤਲ, ਝੂਠ ਦੀ ਦੁਕਾਨ, ਕਿ ਜਿਹੜੀ ਚਾਰ ਪੀੜ੍ਹੀਆਂ ਤੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਤੱਕ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਕਹਿੰਦਾ ਜਿਹੜੀ ਇਹਨਾਂ ਦੀ ਚਾਰ ਪੀੜ੍ਹੀਆਂ ਤੋਂ ਝੂਠ ਦੀ ਦੁਕਾਨ ਚੱਲ ਰਹੀ ਹੈ, ਮੈਨੂੰ ਉਸ ਦੇ ਬਾਰੇ ਕਈ ਵਾਰ ਸ਼ਿਕਾਇਤਾਂ ਮਿਲ ਚੁੱਕੀਆਂ ਨੇ, ਤੇ ਕਈ ਵਾਰੀ ਮੈਂ ਸੋਚਿਆ ਕਿ ਜਾਂ ਇਸ ਨੂੰ ਖਤਮ ਕਰ ਦੇਵਾਂ ਤੇ ਜਾਂ ਦੀਨੇ ਇਸਲਾਮ ਦੇ ਵਿੱਚ ਲਿਆਵਾਂ। ਇਸ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਦੇ ਪ੍ਰਚਾਰ ਦੇ ਨਾਲ ਰਾਜਸੀ ਸੱਤਾ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਹਿੱਲੀ ਹੋਈ ਹੈ। ਇਹ ਉਹਦੇ ਆਪਣੇ ਸ਼ਬਦ ਇਸ ਗੱਲ ਨੂੰ ਸਪਸ਼ਟ ਕਰ ਦਿੰਦੇ ਨੇ ਕਿ ਲੰਬੇ ਸਮੇਂ ਤੋਂ ਇਹ ਗੱਲ ਆ ਰਹੀ ਹੈ। ਹੁਣ ਗੱਲ ਆ ਕਿਉਂ ਰਹੀ ਹੈ? ਇਸਲਾਮੀ ਤਵਾਰੀਖ ਦੇ ਵਿੱਚ ਇੱਕ ਮੁਜੱਦਦ ਮੰਨਿਆ ਜਾਂਦਾ ਹੈ ਕਿ 1000 ਸਾਲ ਦੇ ਬਾਅਦ ਇਸਲਾਮ ਦੇ ਵਿੱਚ ਮੁਜੱਦਦ ਪੈਦਾ ਹੁੰਦਾ, ਰਿਫਾਰਮਰ ਆਫ ਇਸਲਾਮ। ਅਲਫਥਾਨੀ ਸ਼ਬਦ ਵਰਤਿਆ ਜਾਂਦਾ 1000 ਸਾਲ ਕਰਕੇ। ਕਿਹਾ ਜਾਂਦਾ ਕਿ 1000 ਸਾਲ ਬਾਅਦ ਇਸਲਾਮ ਦੇ ਵਿੱਚ ਕੋਈ ਇਵੇਂ ਦਾ ਰਿਫਾਰਮਰ, ਕੋਈ ਇਵੇਂ ਦਾ ਪ੍ਰਚਾਰਕ ਪੈਦਾ ਹੁੰਦਾ ਹੈ ਜਿਹੜਾ ਧਰਮ ਦੇ ਵਿੱਚ ਆਈਆਂ ਤਰੁੱਟੀਆਂ ਨੂੰ ਦੂਰ ਕਰਕੇ ਫਿਰ ਇਸਲਾਮ ਨੂੰ ਆਪਣੇ ਰਾਹ ਦੇ ਉੱਪਰ ਲੈ ਕੇ ਆਉਂਦਾ ਹੈ। ਫਤਿਹਗੜ੍ਹ ਸਾਹਿਬ ਸਰਹੰਦ, ਸਰਹੰਦ ਦਾ ਰਹਿਣ ਵਾਲਾ ਸ਼ੇਖ ਅਹਿਮਦ ਸਰਹੰਦੀ ਹੱਜ ਦੇ ਵਾਸਤੇ ਜਾ ਰਿਹਾ, ਦਿੱਲੀ ਰੁਕਦਾ ਹੈ, ਤੇ ਦਿੱਲੀ ਇਸਦੀ ਮੁਲਾਕਾਤ ਹੁੰਦੀ ਹੈ ਮੁਹੰਮਦ ਬਾਕੀ ਬਿੱਲਾ ਦੇ ਨਾਲ, ਜਿਹੜਾ ਕਿ ਉਸ ਵੇਲੇ ਨਕਸ਼ਬੰਦੀ ਕਬੀਲੇ ਦਾ ਖਾਸ ਪ੍ਰਚਾਰਕ ਹੈ। ਤੇ ਜਿਹੜੇ ਨਕਸ਼ਬੰਦੀ ਨੇ, ਇਹ ਹੈ ਤੇ ਸੂਫੀਆਂ ਦੇ ਵਿੱਚੋਂ, ਪਰ ਇਹਨਾਂ ਦੇ ਆਪਣੇ ਬਹੁਤ ਸਿਲਸਿਲਾ ਨੇ, ਜਿਸ ਤਰ੍ਹਾਂ ਚਿਸ਼ਤੀ, ਨਿਜ਼ਾਮੀ, ਕਾਦਰੀ, ਸਾਬਰੀ, ਇਸੇ ਤਰ੍ਹਾਂ ਨਕਸ਼ਬੰਦੀ ਵੀ ਨੇ। ਨਕਸ਼ਬੰਦੀ ਯਕੀਨ ਕਰਦੇ ਨੇ ਕਿ ਜੇਕਰ ਧਰਮ ਦਾ ਪ੍ਰਚਾਰ ਕਰਨਾ ਤੇ ਰਾਜਸੀ ਸੱਤਾ ਜ਼ਰੂਰੀ ਹੈ, ਤੇ ਰਾਜਸੀ ਸੱਤਾ ਨੂੰ ਲੈਣ ਦੇ ਵਾਸਤੇ ਬੇਸ਼ੱਕ ਕਿਸੇ ਦਾ ਵੀ ਕਤਲ ਕਰਨਾ ਪਵੇ, ਖੂਨ ਵਹਾਉਣਾ ਪਵੇ, ਉਹ ਤਲਵਾਰ ਦੀ ਧਾਰ ਦੇ ਨਾਲ ਹੀ ਤੁਹਾਡੇ ਕੋਲ ਰਾਜਨੀਤਿਕ ਸੱਤਾ ਆਉਣੀ ਹੈ, ਤੇ ਉਹਦੇ ਤੋਂ ਬਿਨਾਂ ਪ੍ਰਚਾਰ ਨਹੀਂ ਹੋ ਸਕਦਾ। ਇਹ ਉਹਨਾਂ ਦਾ ਅਸੂਲ ਹੈ ਜਿਸ ਨੂੰ ਸਰਦਾਰ ਕਪੂਰ ਸਿੰਘ ਹੁਣਾਂ ਨੇ ਆਪਣੀ ਕਿਤਾਬ ਸਾਖੀ ਸਾਖੀ ਦੇ ਵਿੱਚ ਦੋ ਸ਼ਬਦਾਂ ਚ ਪ੍ਰਭਾਵਿਤ ਕਰ ਦਿੱਤਾ, ਅਸ ਸ਼ਰਾ ਤਹਿਤਮ ਸੈਫ, ਤਲਵਾਰ ਦੇ ਜ਼ੋਰ ਦੇ ਨਾਲ ਸ਼ਰਾ ਨੂੰ ਫੈਲਾਉਣਾ। ਜਦੋਂ ਉਹ ਮਿਲਦਾ ਹੈ ਮੁਹੰਮਦ ਬਾਕੀ ਬਿੱਲਾ ਨੂੰ, ਸ਼ੇਖ ਅਹਿਮਦ ਸਰਹੰਦੀ ਬੜਾ ਪ੍ਰਭਾਵਿਤ ਹੁੰਦਾ ਹੈ, ਇਹ ਆਪ ਵੀ ਕਾਫੀ ਇੰਟੈਲੀਜੈਂਟ ਸੀ, ਤੇ ਉਸ ਵੇਲੇ ਮੁਹੰਮਦ ਬਾਕੀ ਬਿੱਲਾ ਇਸ ਨੂੰ ਇਸ ਗੱਲ ਦਾ ਇਲਮ ਜਾਂ ਇਸ ਗੱਲ ਦੀ ਦ੍ਰਿੜਤਾ ਕਰਵਾ ਦਿੰਦਾ ਹੈ ਕਿ ਤੂੰ ਹੈ ਜਿਹੜਾ ਮਜੱਦ ਦਿਖਵਾ ਸਕਦਾ ਹੈ।
ਹੁਣ ਮਜੱਦਦ ਖਵਾਉਣ ਦੇ ਵਾਸਤੇ ਰਾਜਨੀਤਿਕ ਤਾਕਤ ਦੀ ਲੋੜ ਹੈ ਤੇ ਜਿਸ ਖਿੱਤੇ ਦੇ ਵਿੱਚ ਉਸਨੇ ਆਪਣੇ ਆਪ ਨੂੰ ਮਜੱਦਦ ਖਵਾਉਣਾ ਹੈ ਉਸ ਖਿੱਤੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਪ੍ਰਚਾਰ ਹੈ ਉਹ ਸਿੱਖ ਧਰਮ ਦਾ ਹੋ ਰਿਹਾ ਕਿਵੇਂ ਅਖਵਾਇਆ ਜਾਵੇ ਉਹਦੇ ਵਾਸਤੇ ਬਣਨਾ ਬਹੁਤ ਔਖਾ ਹੈ ਕਿਉਂਕਿ ਜਿਸ ਇਲਾਕੇ ਦੇ ਵਿੱਚ ਉਹਨੇ ਮਜੱਦਦ ਖਵਾਉਣਾ ਹੈ ਉੱਥੇ ਪ੍ਰਚਾਰ ਤਾਂ ਸਿੱਖ ਧਰਮ ਦਾ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਭਾਈ ਮੰਚ ਇੱਕ ਉਦਾਹਰਣ ਹੈ ਸਖੀ ਸਰਵਰ ਵੀ ਇਹਨਾਂ ਦੇ ਵਿੱਚੋਂ ਹੀ ਇੱਕ ਸਿਲਸਿਲਾ ਹੈ ਹੁਣ ਭਾਈ ਮੰਜ ਸਖੀ ਸਰਵਰ ਪਰਿਵਾਰ ਹੈ ਸਖੀ ਸਰਵਰ ਨੂੰ ਕਬਰਾਂ ਨੂੰ ਮੰਨਣ ਵਾਲੇ ਵੈਸੇ ਤਾਂ ਹੁਣ ਸਾਡੇ ਵੀ ਇਹੀ ਹਾਲਾਤ ਹੋਏ ਪਏ ਨੇ ਕਿਸੇ ਚੰਗੇ ਇਸਲਾਮੀ ਸਕਾਲਰ ਨੂੰ ਪੁੱਛ ਕੇ ਵੇਖੋ ਕਿ ਕਬਰ ਪੂਜਾ ਜਾਇਜ਼ ਹੈ ਉਹ ਕਵੇਗਾ ਨਹੀਂ ਉਹ ਕਵੇਗਾ ਇਸਲਾਮ ਦੇ ਵਿੱਚ ਇਹ ਸ਼ਿਰਕ ਵੀ ਹੈ ਬਿਦਤ ਵੀ ਹੈ ਗੁਨਾਹ ਵੀ ਹੈ ਤੇ ਕਬਰ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਪਰ ਤੁਸੀਂ ਪੰਜਾਬ ਦੇ ਵਿੱਚ ਤਾਂ ਕਿਸੇ ਕਬਰ ਤੇ ਜਾ ਕੇ ਵੇਖ ਲਓ ਜ਼ਿਆਦਾਤਰ ਗਿਣਤੀ ਸਿੱਖਾਂ ਦੀ ਹੁੰਦੀ ਹੈ ਵੀਰਵਾਰੇ ਤੋਂ ਤੇਲ ਚੜ੍ਹਾਉਣ ਵਾਲਿਆਂ ਦੀ ਜ਼ਿਆਦਾਤਰ ਗਿਣਤੀ ਸਾਡੀ ਹੁੰਦੀ ਹੈ ਉਸ ਗੁਰੂ ਸਾਹਿਬਾਨ ਦੇ ਸਿੱਖਾਂ ਦੀ ਹੁੰਦੀ ਹੈ ਜਿਹਨਾਂ ਨੂੰ ਗੁਰਦੇਵ ਪਾਤਸ਼ਾਹ ਨੇ ਕਹਿ ਦਿੱਤਾ ਕਿ ਦੁਬਦਾ ਨਾ ਪੜਿਓ ਹਰ ਬਿਨ ਹੋਰ ਨਾ ਪੂਜੋ ਮੜੀ ਮਸਾਣ ਨਾ ਜਾਈ ਉਹ ਸਿੱਖ ਕਬਰ ਦੇ ਉੱਪਰ ਜਾ ਰਿਹਾ ਖੈਰ ਭਾਈ ਮੰਚ ਸਖੀ ਸਰਵਰ ਦਾ ਉਪਾਸ਼ਕ ਹੈ ਤੇ ਉਹ ਸੰਗ ਲੈ ਕੇ ਸੰਗਤ ਲੈ ਕੇ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਧੌਕਲ ਦੇ ਸਥਾਨ ਤੇ ਹਰ ਸਾਲ ਕਿਉਂਕਿ ਤੁਸੀਂ ਵੇਖਿਆ ਹੋਣਾ ਬਹੁਤ ਥਾਵਾਂ ਦੇ ਉੱਪਰ ਐਸੀਆਂ ਕਬਰਾਂ ਨੇ ਜਿਨ੍ਹਾਂ ਦੇ ਉੱਪਰ ਲਿਖਿਆ ਹੁੰਦਾ ਕਿ ਲੱਖ ਦਾਤੇ ਦੀ ਕਬਰ ਹੈ ਜਾਂ ਇਹ ਨੌ ਗਜ਼ਾ ਪੀਰ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਅਸੀਂ ਨੌ ਗਜ਼ਾ ਸ਼ਬਦ ਨੂੰ ਗਜ਼ਾ ਦੇ ਵਿੱਚ ਮਿਣ ਕੇ ਲੰਬੀਆਂ ਕਬਰਾਂ ਬਣਾ ਦਿੱਤੀਆਂ ਵੀ ਇਸਲਾਮ ਨੂੰ ਕਿਤੇ ਪੜ੍ਹ ਤਾਂ ਲੈਂਦੇ ਇਸਲਾਮ ਦੇ ਵਿੱਚ ਜਿਹੜੇ ਉਹਨਾਂ ਦੇ ਧਰਮ ਦੇ ਲੋਕ ਇਹ ਦਾਅਵਾ ਕਰਦੇ ਨੇ ਕਿ ਅਸੀਂ ਇਸਲਾਮ ਦੇ ਵਾਸਤੇ ਸ਼ਹਾਦਤ ਦੇ ਦੇਵਾਂਗੇ ਜਹਾਦ ਦੇ ਵਿੱਚ ਧਰਮ ਦੇ ਪ੍ਰਚਾਰ ਦੇ ਵਾਸਤੇ ਉਹਨੂੰ ਨੌ ਗਾਜ਼ੀ ਦੀ ਉਪਾਧੀ ਦਿੱਤੀ ਜਾਂਦੀ ਹੈ ਤੇ ਜਦੋਂ ਉਹ ਮਰ ਜਾਂਦਾ ਸੀ ਸ਼ਹਾਦਤ ਜਿਹੜੀ ਉਹਨਾਂ ਦੇ ਸ਼ਬਦਾਂ ਵਿੱਚ ਸ਼ਹਾਦਤ ਹੈ ਉਹ ਤੋਂ ਬਾਅਦ ਜਿਹੜੀ ਕਬਰ ਬਣਾਈ ਜਾਂਦੀ ਸੀ ਉਸਨੂੰ ਕਹਿ ਸਕਦੇ ਨੌ ਗਾਜ਼ੀ ਦੀ ਕਬਰ ਹੈ ਇਹ ਸਾਡਾ ਗਾਜ਼ੀ ਸੀ ਨਵਾਂ ਗਾਜ਼ੀ ਸੀ ਹੁਣ ਅਸੀਂ ਨੌ ਗਜ਼ ਬਣਾ ਦਿੱਤਾ ਆਪੇ ਲੰਬਾਈਆਂ ਚੜਾਈਆਂ ਅਸੀਂ ਬਣਾ ਦਿੰਦੇ ਹੈ ਸਾਡੇ ਇਹੀ ਵਰਤਾਰਾ ਅੱਜ ਵੀ ਚੱਲ ਪਿਆ ਖੈਰ ਭਾਈ ਮੰਚ ਜਾ ਰਹੇ ਨੇ ਅੰਮ੍ਰਿਤਸਰ ਦੇ ਕੋਲ ਰੁਕੇ ਜਿੱਥੇ ਅੱਜ ਖਾਲਸਾ ਕਾਲਜ ਹੈ ਇਹਦੇ ਸਾਹਮਣੇ ਇਤਿਹਾਸਕ ਸਰੋਤਾਂ ਦੇ ਮੁਤਾਬਕ ਖਾਲੀ ਜਗ੍ਹਾ ਸੀ ਇੱਥੇ ਪੜਾਅ ਕੀਤਾ ਪੜਾਅ ਇਸ ਕਰਕੇ ਕੀਤਾ ਕਿ ਉਹਨਾਂ ਸਮਿਆਂ ਦੇ ਵਿੱਚ ਇਹ ਲੋਕ ਆਪਣੇ ਜਿਹੜੇ ਕਬਰਾਂ ਦੇ ਉੱਪਰ ਬੈਠੇ ਮਜ਼ਾਵਰ ਹੁੰਦੇ ਸੀ ਉਹਨਾਂ ਦੇ ਵਾਸਤੇ ਕੁੱਝ ਨਾ ਕੁੱਝ ਰਸਤ ਪਾਣੀ ਜਾਂ ਭੇਟਾ ਲੈ ਕੇ ਜਾਂਦੇ ਸੀ ਤੇ ਇਹਨਾਂ ਨੂੰ ਕਿਸੇ ਨੇ ਕਿਹਾ ਕਿ ਅੱਗੇ ਜਾਓਗੇ ਤੇ ਹੋ ਸਕਦਾ ਕਿਤੇ ਰਾਤ ਨੂੰ ਹਨੇਰੇ 'ਚ ਕੋਈ ਲੁੱਟ ਨਾ ਲਵੇ ਤੇ ਤੁਸੀਂ ਇਸ ਸਥਾਨ ਦੇ ਉੱਪਰ ਵਿਸ਼ਰਾਮ ਕਰ ਸਕਦੇ ਹੋ ਕਿਉਂਕਿ ਇੱਥੇ ਗੁਰੂ ਦੀ ਸੰਗਤ ਹੁੰਦੀ ਹੈ ਤੁਹਾਨੂੰ ਕੋਈ ਲੁੱਟ ਨਹੀਂ ਸਕਦਾ ਇਹ ਰੁਕੇ ਸਵੇਰੇ ਮਨ ਦੇ ਵਿੱਚ ਆਇਆ ਕਿ ਜਿਸ ਸਥਾਨ ਤੇ ਰੁਕੇ ਹੈ ਤੇ ਜਿਸ ਗੁਰੂ ਦੀ ਸੰਗਤ ਹੈ ਤੇ ਜਿਹਦੇ ਬਾਰੇ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਇਸ ਸਥਾਨ ਦੇ ਉੱਪਰ ਕੋਈ ਲੁੱਟ ਨਹੀਂ ਸਕਦਾ ਵੇਖਿਆ ਤੇ ਜਾਵੇ ਕਿਹੜਾ ਹੈ ਐਸਾ ਗੁਰੂ ਗਏ ਸਵੇਰੇ ਹੁਣ ਮਨ ਦੇ ਵਿੱਚ ਮੈਂ ਕੱਲ ਵੀ ਇੱਕ ਗੱਲ ਸਾਂਝੀ ਕੀਤੀ ਸੀ ਕਿ ਸਾਡੇ ਮਨ ਦੇ ਵਿੱਚ ਜਿਹੜੇ ਬਿੰਬ ਬਣਦੇ ਨੇ ਨਾ ਉਹ ਆਪਣੀ ਪਰੰਪਰਾ ਚੋਂ ਬਣਦੇ ਨੇ ਉਹਦੇ ਮਨ ਦੇ ਵਿੱਚ ਜਿਹੜਾ ਬਿੰਬ ਹੈ ਕਿ ਧਾਰਮਿਕ ਆਗੂ ਕਿਵੇਂ ਦਾ ਹੋਵੇਗਾ ਉਹਦੀ ਪਰੰਪਰਾ ਦੇ ਵਿੱਚੋਂ ਆ ਕਿ ਇੱਕ ਵੱਡੀ ਸਾਰੀ ਗੱਦੀ ਲਗਾਈ ਬੈਠੀ ਹੋਵੇਗੀ ਬੈਠਾ ਹੋਵੇਗਾ ਲੋਕ ਮੱਥੇ ਟੇਕ ਰਹੇ ਹੋਣਗੇ ਹੁਣ ਉੱਥੇ ਵੇਖ ਰਿਹਾ ਉੱਥੇ ਤੇ ਕੁਛ ਵੀ ਨਹੀਂ ਸੰਗਤ ਹੈ ਕਾਰ ਸੇਵਾ ਚੱਲ ਰਹੀ ਹੈ ਲੰਗਰ ਚੱਲ ਰਹੇ ਨੇ ਉਹ ਲੋਕਾਂ ਨੂੰ ਪੁੱਛਦਾ ਹੈ ਵੀ ਸਿੱਖਾਂ ਦਾ ਗੁਰੂ ਕਿਹੜਾ ਹੈ ਇਹਨਾਂ ਦਾ ਰੂਹਾਨੀ ਆਗੂ ਕਿਹੜਾ ਹੈ ਜਿਸ ਨੂੰ ਮੈਂ ਵੇਖਣਾ ਚਾਹੁੰਦਾ ਹੈ ਤੇ ਇੱਕ ਸਿੱਖ ਪਤਾ ਕੀ ਕਹਿੰਦਾ ਹੈ ਕਹਿੰਦਾ ਉਹ ਵੇਖ ਕਾਬਲ ਤੋਂ ਸੰਗਤ ਆਈ ਸੀ ਨਾ ਤੇ ਜਿਹੜੇ ਸੰਗਤ ਦੇ ਜੋੜੇ ਝਾੜ ਰਹੇ ਨੇ ਨਾ ਸੇਵਾ ਕਰ ਰਹੇ ਨੇ ਸੰਗਤ ਦੀ ਉਹ ਸਿੱਖਾਂ ਦੇ ਪੰਜਵੇਂ ਗੁਰੂ ਨੇ ਭਾਈ ਮੰਚ ਗੁਰੂ ਸਾਹਿਬ ਨੂੰ ਮਿਲਦਾ ਤੇ ਜਾ ਕੇ ਆਪਣੇ ਸੰਗ ਨੂੰ ਕਹਿ ਦਿੰਦਾ ਕਿ ਮੈਨੂੰ ਟਿਕਾਣਾ ਮਿਲ ਗਿਆ ਤੁਸੀਂ ਜੇ ਜਾਣਾ ਤੇ ਜਾ ਸਕਦੇ ਹੋ ਮੈਂ ਹੁਣ ਅੱਗੇ ਨਹੀਂ ਜਾਣਾ ਮੇਰਾ ਟਿਕਾਣਾ ਇੱਥੇ ਹੈ ਤੇ ਗੁਰੂ ਸਾਹਿਬ ਵੀ ਭਾਈ ਮੰਝ ਨੂੰ ਗੱਲ ਨਾਲ ਲਾ ਕੇ ਕਹਿੰਦੇ ਨੇ ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ
ਸੋ ਮੇਰਾ ਇੰਨੀ ਕੁ ਇਸ ਸਾਖੀ ਨੂੰ ਦੱਸਣ ਦਾ ਪ੍ਰਯੋਜਨ ਕੇਵਲ ਤੇ ਕੇਵਲ ਇੰਨਾ ਸੀ ਕਿ ਉਸ ਸਮੇਂ ਇਸਲਾਮ ਦੇ ਜਿਹੜੇ ਸੂਫੀ ਮਤ ਦੇ ਵੀ ਵੱਡੇ ਸਿਲਸਿਲੇ ਨੇ ਉਹਨਾਂ ਦੇ ਪ੍ਰਚਾਰਕ ਵੀ ਸਿੱਖੀ ਦੇ ਵਿੱਚ ਆ ਰਹੇ ਨੇ।